ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਅੱਜ ਅਸੀਂ ਮੌਜੂਦ ਹਾਂ ਗੁਰੂ ਸਾਹਿਬ ਦੀ ਹੀ ਵਰਸਾਈ ਧਰਤੀ ਤਰਨ ਤਾਰਨ ਸਾਹਿਬ ਵਿਖੇ ਜਿੱਥੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੱਖ ਵੱਖ ਸਮਾਗਮ ਜਿਹੜੇ ਕਰਵਾਏ ਜਾ ਰਹੇ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ 3 ਦਿਨਾਂ ਤੋਂ ਕਰਵਾਏ ਜਾ ਰਹੇ ਨੇ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਕਿ ਸੰਗਤਾਂ ਦਾ ਵੀ ਵੱਡਾ ਇਕੱਠ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜੁੜਿਆ ਹੋਇਆ ਅਤੇ ਲਗਾਤਾਰ ਨਤਮਸਤਕ ਹੋਣ ਦੇ ਲਈ ਦਰਬਾਰ ਸਾਹਿਬ ਦੇ ਅੰਦਰ ਵੱਲ ਨੂੰ ਵੱਧ ਰਿਹਾ। ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ, ਜਿੱਥੇ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਨੇ। ਇੱਕ ਪਾਸੇ ਜਿੱਥੇ ਪੰਡਾਲ ਸਜਾਏ ਗਏ ਨੇ, ਜਿੱਥੇ ਢਾਡੀ ਜੱਥੇ ਜਿਹੜੇ ਨੇ ਉਹ ਲਗਾਤਾਰ ਵਾਰਾਂ ਦਾ ਗਾਇਨ ਕਰ ਰਹੇ ਨੇ, ਅਤੇ ਉਸਦੇ ਨਾਲ ਹੀ ਦਰਬਾਰ ਸਾਹਿਬ ਦੇ ਅੰਦਰ ਵੀ ਅਖੰਡ ਪਾਠਾਂ ਦੀ ਲੜੀ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਦੇ ਭੋਗ ਕੁਛ ਹੀ ਸਮੇਂ ਵਿੱਚ ਪਾਏ ਜਾਣਗੇ। ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਤਰਨ ਤਾਰਨ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ। ਇਹ ਉਹ ਪਵਿੱਤਰ ਧਰਤੀ ਹੈ ਜਿਸ ਨੂੰ ਆਪਣੇ ਹੱਥੀ ਪੰਜਵੇਂ ਪਾਤਸ਼ਾਹ ਜੀ ਨੇ ਖੁਦ ਵਸਾਇਆ ਸੀ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹੱਕ ਸੱਚ ਦੀ ਲੜਾਈ ਲੜਦਿਆਂ ਹੋਇਆਂ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਦੁਸ਼ਟ ਜਹਾਂਗੀਰ ਬਾਦਸ਼ਾਹ ਦੇ ਹੁਕਮਰਾਨ ਦੁਸ਼ਟ ਦੀਵਾਨ ਚੰਦੂ ਜਿਹਨੇ ਸਤਿਗੁਰਾਂ ਨੂੰ ਅਸਹਿ ਅਤੇ ਅਕਸ਼ਟ ਅਕਹੇ ਤਸੀਹੇ ਦੇ ਕਰਕੇ ਜੋ ਅੱਜ ਕੱਲ੍ਹ ਅਸਥਾਨ ਡੇਰਾ ਸਾਹਿਬ ਲਾਹੌਰ ਤੱਤੀ ਤਵੀ 'ਤੇ ਬਿਠਾਇਆ, ਉਬਲਦੀ ਦੇਗ ਵਿੱਚ ਉਬਾਲਿਆ, ਤੱਤੀ ਰੇਤ ਸਤਿਗੁਰਾਂ ਦੇ ਸੀਸ ਉੱਪਰ ਉਪਾਈ ਗਈ, ਫਿਰ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਤੋਂ ਬਗੈਰ ਭੁੱਖੇ ਰੱਖਿਆ ਗਿਆ, ਰਾਤ ਸੌਣ ਨਹੀਂ ਦਿੱਤਾ। ਸਤਿਗੁਰੂ ਜੀ ਇੰਨੇ ਜਬਰ ਜ਼ੁਲਮ ਦਾ ਟਾਕਰਾ ਸਬਰ ਸੰਤੋਖ ਦੇ ਨਾਲ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਵੇਖੋ, ਚੰਦੂ ਵੀ ਤੱਤਾ, ਤਵੀ ਵੀ ਤੱਤੀ, ਜਹਾਂਗੀਰ ਵੀ ਤੱਤਾ। ਤਪਦੀ ਹੋਈ ਗਰਮੀ ਦਾ ਮੌਸਮ ਏ, ਪ੍ਰਿਥੀ ਚੰਦ ਵੀ ਤੱਤਾ ਏ, ਇੱਧਰੋਂ ਸ਼ੇਖ ਅਹਿਮਦ ਸਰਹੱਦੀ ਵੀ ਤੱਤਾ ਏ, ਪਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖ ਦੇ ਬੋਲ, ਜਿਵੇਂ ਆਪਾਂ ਸੁਖਣੀ ਸਾਹਿਬ ਵਿੱਚ ਸਰਵਣ ਕਰਦੇ ਹਾਂ, ਕਲ ਤਾਤੀ ਠੰਡਾ ਹਰਨਾ ਹੋ, ਇੰਨੇ ਤਪਦੇ ਹੋਏ ਹਿਰਦਿਆਂ ਨੇ ਸਤਿਗੁਰਾਂ ਨੂੰ ਤਪਾਉਣ ਦਾ ਯਤਨ ਕੀਤਾ, ਪਰ ਸਤਿਗੁਰੂ ਜੀ ਨਾਮ ਬਾਣੀ ਸੇਵਾ ਸਿਮਰਨ ਵਿੱਚ ਅਡੋਰ ਰਹੇ, ਠੰਡੇ ਠਾਰ ਰਹੇ, ਉਹ ਸ਼ਹਾਦਤ ਨੂੰ ਪ੍ਰਾਪਤ ਕਰ ਗਏ। ਪਰ ਉਹਨਾਂ ਤੱਤੀ ਤਵੀ 'ਤੇ ਬੈਠ ਕੇ ਗਾਇਆ, ਹਰ ਕਾ ਨਾਮ ਹਿਰਦੇ ਨਿਤਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਗਮ ਜਿਹੜੇ ਕਰਵਾਏ ਜਾ ਰਹੇ ਨੇ, ਲੜੀ ਦੇ ਭੋਗ ਜਿਹੜੇ ਆ ਕੁਝ ਹੀ ਦੇਰ ਦੇ ਵਿੱਚ ਪਾਏ ਜਾਣਗੇ, ਤੇ ਉਸਦੇ ਨਾਲ ਹੀ ਲੇਕਿਨ ਕੀਰਤਨ ਜਿਹੜਾ ਉਹ ਲਗਾਤਾਰ ਚੱਲਦਾ ਰਹੇਗਾ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਰੁਚੀ, ਤਰਨ ਤਾਰਨ ਸਾਹਿਬ।